ਗੁਰੂ ਅਰਜਨ ਗੁਲਦਸਤਾ ਬਣਾਉਣ ਲੱਗੇ, ਪਹਿਲਾਂ ਆਪਣੇ ਬਾਗ ਵਿੱਚ ਜਾਂਦੇ ਨੇ। ਤਰ੍ਹਾਂ ਤਰ੍ਹਾਂ ਦੀ ਖਿੜੀ ਗੁਲਜ਼ਾਰ ਸਾਰੇ ਫੁੱਲ ਉਸ ਦੇ ਚੁਣ ਕੇ ਲਿਆਉਂਦੇ ਨੇ। ਸਾਰੇ ਹਿੰਦ ਵਿੱਚ ਉਹਨਾਂ ਫਿਰ ਨਜ਼ਰ ਮਾਰੀ, ਫੁੱਲ ਹੋਰ ਵੀ ਬੜੇ ਕਮਾਲ ਦਿੱਸੇ। ਬਾਗਾਂ ਵੱਲ ਜਾਂ ਗਊ ਨਾਲ ਤੱਕਿਆ ਤਾਂ ਬਾਗ ਉਹਨਾਂ ਨੂੰ ਕਈ ਬੇਹਾਲ ਦਿੱਸੇ। ਕੱਲੇ ਗੁਰਾਂ ਸੋਨੇ ਇਹ ਸਭ ਪਾਸੇ, ਕਹਿੰਦੇ ਇੱਕ ਗੁਲਦਸਤਾ ਬਣਾਵਣਾ ਏ। ਫੁੱਲ ਜੋ ਵੀ ਸੋਹਣਾ ਤੇ ਰਸ ਭਿੰਨਾ, ਉਹਨੂੰ ਉਸ ਦੇ ਵਿੱਚ ਸਜਾਵਣਾ ਏ। ਸਾਰੇ ਦੇਸ਼ ਵਿੱਚੋਂ ਮਾਲੀ ਆਣ ਪੁੱਜੇ, ਫੁੱਲ ਜਿਨ੍ਹਾਂ ਦੇ ਮਹਿਕਾਂ ਖਿੰਡਾ ਰਹੇ ਸਨ। ਆਪੋ ਆਪਣੇ ਫੁੱਲਾਂ ਦੀ ਸਭ ਮਾਲੀ ਗੁਰਾਂ ਸਾਹਮਣੇ ਸਿਫਤ ਸੁਣਾ ਰਹੇ ਸਨ। ਕਈ ਬਾਗਾਂ ਵਿੱਚੋਂ ਸਤਿਗੁਰੂ ਜੀ ਨੇ ਸਿੱਖ ਭੇਜ ਕੇ ਫੁੱਲ ਮੰਗਵਾ ਲਏ। ਫਿਰ ਪਿਆਰਿਓ ਮਾਂ ਦੇ ਨਾਲ ਸਾਰੇ ਗੁਰਾਂ ਆਪਣੇ ਪਾਸ ਰਖਵਾ ਲਏ। ਫੁੱਲ ਹਰ ਇੱਕ ਨੀਜ ਦੇ ਨਾਲ ਵੇਂਦੇ, ਫਿਰ ਰੰਗ ਸੁਗੰਧ ਆਕਾਰ ਵੇਖਣ ਭਾਈ ਗੁਰਦਾਸ ਜੀ ਨੂੰ ਫੜਾ ਦਿੰਦੇ। ਜਿਸ ਫੁੱਲ ਦਾ ਉੱਚਾ ਮਿਆਰ ਵੇਖਣ, ਕਾਂਟ ਛਾਂਟ ਦੀ ਜਿੱਥੇ ਕੋਈ ਲੋੜ ਜਾਪੇ, ਸਤਿਗੁਰੂ ਜੀ ਉਹ ਵੀ ਕਰੀ ਜਾਂਦੇ। ਜਿਸ ਫੁੱਲ ਵਿੱਚ ਕਿਤੇ ਕੋਈ ਕਸਰ ਲੱਗੇ, ਉਹਨੂੰ ਇੱਕ ਪਾਸੇ ਚੁੱਕ ਧਰੀ ਜਾਂਦੇ। ਇਸ ਤਰ੍ਹਾਂ ਸਤਿਗੁਰਾਂ ਨੇ ਫੁੱਲ ਸਾਰੇ ਨਿਗਾਹ ਆਪਣੀ ਵਿੱਚੋਂ ਲੰਘਾ ਦਿੱਤੇ। ਭਾਈ ਗੁਰਦਾਸ ਨੂੰ ਕਹਿ ਫਿਰ ਚੁਣੇ ਹੋਏ, ਕਰੀਨੇ ਨਾਲ ਸਭ ਫੁੱਲ ਸਜਾ ਦਿੱਤੇ। ਜਦ ਪੂਰਾ ਗੁਲਦਸਤਾ ਤਿਆਰ ਹੋਇਆ, ਸੋਹਣੇ ਵਸਤਰਾਂ ਹੇਠ ਲੋਕਾ ਲਿਆ, ਬਾਬਾ ਬੁੱਢਾ ਜੀ ਨੂੰ ਬੜੇ ਅਦਬ ਸੇਤੀ ਫਿਰ ਆਪਣੇ ਕੋਲ ਬੋਲਾ ਲਿਆ। ਬੜੇ ਪਿਆਰ ਨਾਲ ਚੁੱਕ ਕੇ ਗੁਲਦਸਤਾ ਫਿਰ ਵਿੱਚ ਦਰਬਾਰ ਲੈ ਜਾਂਦੇ ਨੇ। ਬਾਬਾ ਬੁੱਢਾ ਜੀ ਉੱਪਰੋਂ ਲਾ ਵਸਤਰ ਦੀਦਾਰ ਸੰਗਤਾਂ ਤਾਈਂ ਕਰਾਉਂਦੇ ਨੇ। ਸੰਗਤ ਵੇਖ ਗੁਲਦਸਤਾ ਨੇ ਹਾਲ ਹੋਈ, ਖੁਸ਼ਬੂ ਫੈਲ ਗਈ, ਨਜ਼ਰਾਂ ਮਖਮੂਰ ਹੋਈਆਂ। ਇੰਜ ਜਾਪਿਆ ਜਿਸ ਤਰ੍ਹਾਂ ਮਨਾ ਉਤੋਂ ਸਭ ਕਾਲਖਾਂ ਲੱਗੀਆਂ ਦੂਰ ਹੋਈਆਂ।